दो भाई अज काले बीट ते कद्दू करवाया अपने जी, ते इहदे च ना जी प्लॉ मारे हुए सीगे खेतां च। पहले मैं अपना ट्रैक्टर लेके आया था, उहदे नाल चलिया नहीं, ट्रैक्टर फस गया 2-3 बार। हाँ वो बट चक्के दित्ती काले ने, कहिंदा लोड नहीं हैगी बट दी। आ खेत भाई मेरे चाचे दा नाल पिया जिहड़ा, ते अद्धो अद्ध होया होया खेत भाई। काले वीर दा धन्नवाद बहुत बहुत, अज बाई ने अड़िया होया कम सारता जी, ते बाई ने भी वीडियो बनाई हुई है, देख लियो तुसीं लूहर किवें होया होया उहदे विच। ते एक बाई दा होर धन्नवाद करना है, बाई ने 3 ट्रैक्टर सेल करे आ बाई, आपां सैकंड हैंड, एक फार्म ट्रैक 60 ते एक 735 ते एक महिंद्रा, उह तिन्ने ट्रैक्टर बाई काले बाई दी वीडियो ते ही देख के आए आ बंदे। हाँ जी ਹੁਣ ਤੇਰਾ ਆਪਾਂ ਨੇ ਤਾਂ ਬੋਲਤੇ, ਕਿਸੇ ਕੋਈ ਲੋੜਵੰਦ ਹੁੰਦਾ ਤੇਰੇ ਕੋਲ ਸੈੱਟ ਆ ਕੇ ਲੈ ਕੇ, ਠੀਕ ਹੈ ਨਾ? ਠੀਕ ਹੈ ਬਾਈ, ਠੀਕ। ਸਾਡਾ ਕਿਆ ਇਹਦੇ ਵਿੱਚ ਕਿਸੇ ਨਹੀਂ ਨਹੀਂ ਕਾਲੇ ਬਾਈ, ਤੇਰਾ ਫਿਰ ਵੀ ਫਾਇਦਾ ਇੰਨਾ ਹੋਇਆ, ਹੁਣ ਵਾਲਾ ਜਿਹੜੇ ਬੰਦੇ ਟਰੈਕਟਰ ਲੈ ਕੇ ਸਾਰੇ ਦੂਰੋਂ ਲੈ ਕੇ ਗਏ ਆ, ਹਾਂ ਸਮਝ ਲੈ, ਉਹ ਬੰਦੇ ਨੂੰ ਨਹੀਂ, ਉਹਨੂੰ ਕਿਆ ਪਤਾ ਲੱਗਣਾ ਵੀ ਸਾਡੇ ਕੋਲ ਟਰੈਕਟਰ ਖੜੇ ਆ। ਸਹੀ ਗੱਲ। ਹੁਣ ਇੱਕ ਬੰਦਾ ਅੰਬਲਾ ਚੌੜ ਦੇ ਲੈ ਗਿਆ, ਇੱਕ ਉਹ ਬੰਦੇ ਪਟਿਆਲੇ ਕੋਲ ਤੋਂ ਲੈ ਗਏ ਆ, ਜੇ ਸਮਝ ਲਓ ਉਹਨਾਂ ਨੂੰ ਤੇਰੀ ਵੀਡੀਓ ਰਾਹੀਂ ਪਤਾ ਲੱਗਿਆ ਬਾਈ, ਹੁਣ ਤੇਰੇ ਨਾਲ ਬਾਈ ਇੰਨਾ ਬੰਦਾ ਜੁੜਿਆ ਹੋਇਆ, ਠੀਕ ਹੈ? ਹੁਣ ਜਿਹੜਾ ਬੰਦਾ ਲੋੜਵੰਦ ਹੈ ਉਹਨੇ ਮਤਲਬ ਕਿ ਉਹਨੂੰ ਲੋੜ ਤੀ, ਉਹਨੇ ਤੇਰੀ ਵੀਡੀਓ ਦੇਖੀ, ਆ ਕੇ ਟਰੈਕਟਰ ਲੈ ਕੇ ਗਿਆ। ਸਹੀ ਗੱਲ, ਸਹੀ ਗੱਲ। ਟਰੈਕਟਰ ਦੇ ਪਾ ਲਿਆ ਕਰ, ਹੋਰ ਵੀ ਟਰੈਕਟਰ ਦੇ ਬਾਤ ਨਾ, ਕੋਈ ਨਹੀਂ ਬਾਈ, ਤੂੰ ਵੀ ਬਾਈ ਜੇ ਤੇਰਾ ਕਦੇ ਟਾਈਮ ਲੱਗਦਾ ਰੁਪੜ ਆਉਣਾ ਬਾਈ, ਮਾਰੂੰਗਾ ਗੇੜੇ, 5-4 ਮਿੰਟ ਦਾ ਤੂੰ ਟਰੈਕਟਰ ਲੈ ਜਾਏਗਾ ਬਣਾ ਕੇ। ਨਾ ਨਾ, ਜਦ ਨਾ ਜਦ ਤੂੰ ਉਹ ਹੋਇਆ ਨਾ ਕਹਿ ਦੇ ਨੂੰ। ਤੇ ਕਾਲੇ ਵੀਰੇ, ਜਿਹੜੇ ਬੰਦੇ ਟਰੈਕਟਰ ਲੈ ਕੇ ਗਏ ਨਾ ਸੈਕਿੰਡ ਹੈਂਡ, ਉਹ ਬੰਦੇ ਸਾਰੇ ਜਾਣੀ ਕਿ ਤੇਰੇ ਨਾਲ ਇੱਕ ਵਾਰ 2 ਵਾਰ ਤੈਨੂੰ ਆ ਕੇ ਮਿਲ ਕੇ ਵੀ ਗਏ ਆ। ਅੱਛਾ। ਤੇ ਆਪਾਂ ਨੇ ਵੀ ਵੀਰੇ ਉਹਨਾਂ ਦਾ ਪੂਰਾ ਮਾਣ ਤਾਣ ਕਰਿਆ, ਐਂ ਨਹੀਂ ਹੈਗਾ ਵੀ ਵਧੀਆ ਰੇਟ ਨਾਲ ਟਰੈਕਟਰ ਦਿਆ ਉਹਨਾਂ ਨੇ। ਠੀਕ ਹੈ, ਠੀਕ ਹੈ, ਇਹੀ ਜੀ ਕੋਈ ਐਂ ਗੱਲਬਾਤ ਨਹੀਂ ਵੀ ਪੈਸੇ ਵਧ ਲੈਦੇ, ਕੋਈ ਕੋਈ ਦੂਰ ਘੱਟ ਜੇ ਕੁਝ ਕਮੀ ਪੇਸ਼ੀ ਅਗਲੇ ਨੂੰ ਪਹਿਲਾਂ ਦੱਸ ਦਿਓ, ਹੈ ਕਿ ਨਹੀਂ, ਤੇ ਬੰਦਾ ਅੱਗੇ ਨੂੰ ਮਾਰਕੀਟ ਦੀ ਬਣੀ ਰਹਿੰਦੀ। ਇਹ ਬਈ ਸੈਕਿੰਡ ਹੈਂਡ ਟਰੈਕਟਰਾਂ ਵਿੱਚ ਆਪਾਂ ਵੱਧ ਤੇ ਵੱਧ ਬਾਈ 5-6 ਹਜ਼ਾਰ, ਵੱਧ ਤੇ ਵੱਧ ਜੇ ਉੱਚਾ ਮਾਡਲ ਤਾਂ ਵੱਧ ਹੱਦ 10 ਹਜ਼ਾਰ ਰੁਪਈਆ, ਇੰਨਾ ਕੇ ਮਰ ਜਾ, ਐਂ ਨਹੀਂ ਹੈਗਾ ਬਾਈ ਵੀ ਹਾਂ ਵੀ 20-30 ਹਜ਼ਾਰ ਰੁਪਈਆ। ਠੀਕ ਹੈ, ਠੀਕ ਹੈ। ਨਵੇਂ ਟਰੈਕਟਰ ਮਗਰ ਬਾਈ 20 ਹਜ਼ਾਰ ਰੁਪਈਆ ਜਾਂ 25 ਹਜ਼ਾਰ ਰੁਪਈਆ ਉਹ ਬਾਈ ਕਮਾਉਣੇ, ਜਿਹੜੇ ਇੰਡੋ ਫਾਰਮ ਵੇਚਦੇ ਆਪਾਂ, ਤੇ ਪੁਰਾਣੇ ਮਗਰ ਬਾਈ ਇੰਨਾ ਹੀ, ਬਸ 5-6 ਹਜ਼ਾਰ ਰੁਪਈਆ ਇੰਨਾ ਹੀ ਕਰੀ ਦੇ ਕੇ ਉੱਪਰ, ਇੰਨਾ ਤਾਂ ਚੱਲ ਚਾਹੀਦਾ ਵੀ, ਕਿਉਂਕਿ ਬਾਈ ਇੱਕ ਵਾਰ ਬੰਦਾ ਆਊਗਾ ਕੱਲ ਨੂੰ ਫਿਰ ਵੀ ਲੋੜ ਆ ਬੰਦਾ, ਕੱਲ ਨੂੰ ਦੁਬਾਰਾ ਆਊਗਾ। ਸਹੀ ਗੱਲ ਹੈ, ਸਹੀ। ਹਾਂ, ਬਾਕੀ ਬਾਈ ਟਰੈਕਟਰ ਵੀ ਜਿਹੜਾ ਆਪਾਂ ਵੇਚਦੇ ਆ, ਜਿਹੜੀ ਕੋਈ ਟਰੈਕਟਰ ਦੇ ਨੁਕਸ ਹੈ ਪੁਰਾਣੇ ਜੋ ਗਏ, ਉਹਨੂੰ ਪਹਿਲਾਂ ਦੱਸ ਦਈਦਾ ਬਾਈ ਆਹ ਕੰਮ ਤੁਹਾਨੂੰ ਕਰਵਾਉਣਾ ਪੈਣਾ। ਸਹੀ ਹੈ, ਆਹ ਠੀਕ ਹੈ, ਬੰਦੇ ਨੂੰ ਉਹ ਨਹੀਂ ਰਹਿੰਦਾ ਹੈਗਾ, ਭਰੇਖਾ ਨਹੀਂ ਰਹਿੰਦਾ ਹੈਗਾ ਵੀ ਹਨ ਹੋ ਗਏ, ਕੱਲ ਨੂੰ ਅਗਲਾ ਬਾਈ ਫਿਰ ਬਾਅਦ ਚ ਕੱਲ ਨੂੰ ਅਗਲਾ ਤੈਨੂੰ ਵੀ ਲਾਂਭਾ ਦੇ ਸਕਦਾ ਹੈ ਵੀ ਬਾਈ ਤੇਰਾ ਬੰਦਾ ਤੇਰੀ ਵੀਡੀਓ ਦੇਖ ਕੇ ਲੱਤਾਂ ਦਾ ਟਰੈਕਟਰ ਚ ਆਹ ਨੁਕਸ ਨਿਕਲਿਆ, ਹਾਂ ਤੈਂ ਬਾਅਦ ਚ ਮੈਨੂੰ ਕਹਿਣਾ ਹੈ। ਸਹੀ ਗੱਲ, ਸਹੀ ਗੱਲ। ਤੇ ਠੀਕ ਹੈ ਕਾਲੇ ਵੀਰੇ, ਠੀਕ ਹੈ, ਮਿਲਦੇ ਆ ਫਿਰ। ਓਕੇ ਬਾਈ।